ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਵਰੁਣ ਕੌਰ ਮਾਨ ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਅਸਟੇਟ ਬ੍ਰੋਕਰ ਮੋਹਨ ਚੀਮਾ ਰੀਅਲ ਅਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ ਕੰਤਾਸ ਅੰਤਰਰਾਸ਼ਟਰੀ ਉਡਾਣਾਂ ਲਈ 18 ਦਸੰਬਰ ਤੋਂ ਤਿਆਰ ਆਸਟ੍ਰੇਲੀਆ 23 ਸਤੰਬਰ ਤੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਚੰਡੀਗੜ੍ਹ ਵਿਖੇ ਅਮਰੀਕਾ ਫੇਰੀ ਦੌਰਾਨ ਮੋਦੀ ਦਾ ਕਿਸਾਨ ਹਿਤੈਸ਼ੀ ਅਤੇ ਸਿੱਖ ਜਥੇਬੰਦੀਆਂ ਕਰਨਗੀਆਂ ਵਿਰੋਧ ਬਾਈਡਨ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਖਰਚ ਯੋਜਨਾ ਦੀ ਅਹਿਮੀਅਤ ਦੱਸੀ ਅਲਕਾਇਦਾ ਬਣਾ ਰਿਹਾ ਅਮਰੀਕਾ ਤੇ ਫਿਰ ਹਮਲੇ ਦੀ ਯੋਜਨਾ ਅਮਰੀਕਾ ਆਸਟ੍ਰੇਲੀਆ ਅਤੇ ਯੂਕੇ ਵਿਚਾਲੇ ਹੋਈ ਨਵੀਂ ਫੌਜੀ ਸੰਧੀ ਯੂਕੇ ਪੁਲਿਸ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਾਰੀ ਨੋਟਿਸ ਪੱਤਰ ਨੂੰ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਫਰਜ਼ੀ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਆਸਟ੍ਰੇਲੀਆਈ ਸੰਘੀ ਸਰਕਾਰ ਨੇ ਕ੍ਰਿਸਮਸ ਦੇ ਮੱਦੇਨਜ਼ਰ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੰਦਿਆਂ ਕੰਤਾਸ ਏਅਰਲਾਈਨ ਰਾਹੀਂ 18 ਦਸੰਬਰ ਤੋਂ 6 ਅੰਤਰਰਾਸ਼ਟਰੀ ਮਾਰਗਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਐਲਾਨੀ ਹੈ ਦਸੰਬਰ ਮਹੀਨੇ ਲਈ ਰੂਟਾਂ ਦੀ ਪੂਰੀ ਸੂਚੀ ਵਿੱਚ ਸਿਡਨੀ ਲੰਡਨ ਮੈਲਬੋਰਨ ਲੰਡਨ ਸਿਡਨੀ ਲਾਸ ਏਂਜਲਸ ਮੈਲਬੋਰਨ ਲਾਸ ਏਂਜਲਸ ਬ੍ਰਿਸਬੇਨ ਲਾਸ ਏਂਜਲਸ ਸਿਡਨੀ ਹੋਨੋਲੂਲੂ ਸਿਡਨੀ ਵੈਨਕੂਵਰ ਸਿਡਨੀ ਸਿੰਗਾਪੁਰ ਮੈਲਬਰਨ ਸਿੰਗਾਪੁਰ ਬ੍ਰਿਸਬੇਨ ਸਿੰਗਾਪੁਰ ਸਿਡਨੀ ਟੋਕੀਓ ਸਿਡਨੀ ਫੀਜੀ ਨੂੰ ਤੋਂ ਫਲਾਈਟਾਂ ਸ਼ੁਰੂ ਦੀ ਆਸ ਜਿਤਾਈ ਜਾ ਰਹੀ ਹੈ ਜਦਕਿ ਪਰਸ ਤੋਂ ਅੰਤਰਰਾਸ਼ਟਰੀ ਉਡਾਣਾਂ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਉਧਰ ਸਰਕਾਰ ਦੇ ਮੁੱਖ ਕਾਰਜਕਾਰੀ ਐਲਨ ਜੋਇਸ ਨੇ ਉਹਨਾਂ ਰਾਜਾਂ ਦੀ ਆਲੋਚਨਾ ਕੀਤੀ ਹੈ ਜੋ ਟੀਕੇ ਦੇ ਟੀਚੇ ਪ੍ਰਾਪਤ ਹੋਣ ਦੇ ਬਾਅਦ ਵੀ ਸਰਹੱਦਾਂ ਨੂੰ ਬੰਦ ਰੱਖਣ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਮੈਨੂੰ ਲੱਗਦਾ ਹੈ ਕਿ ਇੱਕ ਜਾਂ ਦੋ ਰਾਜ ਹਨ ਜੋ ਇਸ ਬਾਰੇ ਵਧੇਰੇ ਰੂੜੀਵਾਦੀ ਨਜ਼ਰੀਆ ਲੈ ਰਹੇ ਨੇ ਉਹਨਾਂ ਅਨੁਸਾਰ ਟੀਕਾਕਰਨ ਦੀਆਂ ਦਰਾਂ 80% ਹੋ ਜਾਣ ਤੇ ਰਾਸ਼ਟਰੀ ਸਰਹੱਦਾਂ ਖੁੱਲ੍ਹਣੀਆਂ ਚਾਹੀਦੀਆਂ ਨੇ ਗੌਰਤਲਬ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦਾ ਮੁੜ ਚਾਲੂ ਹੋਣਾ ਟੀਕਾਕਰਨ ਦੀਆਂ ਦਰਾਂ ਦੇ ਆਧਾਰ ਅਤੇ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਤੇ ਨਿਰਭਰ ਰਹੇਗਾ ਕੰਤਾਸ ਜ਼ਿਆਦਾਤਰ ਰੂਟਾਂ ਤੇ ਏਅਰਬੱਸ A330 ਅਤੇ ਬੋਇੰਗ 787 ਡ੍ਰਿਮਲਾਈਨਰ ਦੇ ਮੇਲ ਨੂੰ ਉਡਾਏਗਾ ਦੱਸਣਯੋਗ ਹੈ ਕਿ ਏਅਰ ਕੈਨੇਡਾ ਨੇ 17 ਦਸੰਬਰ ਤੋਂ ਆਪਣੇ ਸਿਡਨੀ ਵੈਨਕੂਵਰ ਮਾਰਗ ਨੂੰ ਦੁਬਾਰਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਚੰਡੀਗੜ੍ਹ ਤੋਂ ਸ਼ਾਰਜਾਹ ਦੇ ਵਿੱਚ 23 ਸਤੰਬਰ ਤੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਕਰੋਨਾ ਵਾਇਰਸ ਦੇ ਚਲਦਿਆਂ ਸਫ਼ਰ ਕਰਨ ਤੋਂ ਪਹਿਲਾਂ ਤੁਹਾਨੂੰ ਏਅਰਪੋਰਟ 'ਤੇ RT-PCR ਟੈਸਟ ਕਰਵਾਉਣਾ ਹੋਏਗਾ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ CEO ਅਜੇ ਕੁਮਾਰ ਨੇ ਦੱਸਿਆ ਕਿ RT-PCR ਟੈਸਟ ਕਰਨ ਦੇ ਲਈ ਗਾਜ਼ੀਆਬਾਦ ਦੀ ਇੱਕ ਲੈਬ ਨੂੰ ਟੈਸਟਿੰਗ ਦਾ ਕੰਮ ਅਲਾਟ ਕਰ ਦਿੱਤਾ ਹੈ ਇਹ ਲੈਬ 21 ਸਤੰਬਰ ਤੱਕ ਆਪਣਾ ਸੈਟਅਪ ਇੱਥੇ ਲਗਾ ਲਵੇਗੀ ਏਅਰਪੋਰਟ 'ਤੇ RT-PCR ਟੈਸਟ ਦੇ ਲਈ 1727 ਰੁਪਏ ਲਏ ਜਾਣਗੇ ਸ਼ਾਰਜਾਹ ਪੁੱਜਣ ਤੋਂ ਬਾਅਦ ਯਾਤਰੀ ਦਾ ਇੱਕ ਹੋਰ ਕਰੋਨਾ ਟੈਸਟ ਕੀਤਾ ਜਾਏਗਾ ਚੰਡੀਗੜ੍ਹ ਤੋਂ ਕਿਸੇ ਵੀ ਇੰਟਰਨੈਸ਼ਨਲ ਫਲਾਈਟ ਵਿੱਚ ਬੈਠਣ ਤੋਂ ਪਹਿਲਾਂ ਇਹ ਟੈਸਟ ਕਰਾਉਣਾ ਜ਼ਰੂਰੀ ਹੈ 23 ਸਤੰਬਰ ਤੋਂ ਸ਼ੁਰੂ ਹੋ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਚੰਡੀਗੜ੍ਹ ਸ਼ਾਰਜਾਹ ਫਲਾਈਟ ਹਫ਼ਤੇ ਵਿੱਚ 2 ਦਿਨ ਵੀਰਵਾਰ ਅਤੇ ਐਤਵਾਰ ਨੂੰ ਆਪਰੇਟ ਹੋਵੇਗੀ ਜਿਵੇਂ ਜਿਵੇਂ ਇੰਟਰਨੈਸ਼ਨਲ ਫਲਾਈਟਸ ਦੇ ਫੇਰੇ ਬਦਲਣਗੇ ਉਸ ਤੋਂ ਬਾਅਦ ਲੈਬ ਨਾਲ ਹੋਏ ਐਗਰੀਮੈਂਟ ਦੇ ਤਹਿਤ ਟੈਸਟ ਦੇ ਰੇਟ 10% ਤੱਕ ਘਟਾ ਦਿੱਤੇ ਜਾਣਗੇ ਇਹੀ ਲੈਬ ਦਿੱਲੀ ਏਅਰਪੋਰਟ 'ਤੇ ਵੀ ਟੈਸਟ ਕਰ ਰਹੀ ਹੈ ਉੱਥੇ ਯਾਤਰੀਆਂ ਕੋਲੋਂ 3000 ਰੁਪਏ ਲਏ ਜਾ ਰਹੇ ਨੇ ਇਹੀ ਲੈਬ ਅੰਮ੍ਰਿਤਸਰ ਏਅਰਪੋਰਟ 'ਤੇ ਟੈਸਟ ਕਰਨ ਦੇ 4000 ਰੁਪਏ ਲੈ ਰਹੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਤੇ 25 ਸਤੰਬਰ ਦੀ ਅਮਰੀਕੀ ਫੇਰੀ ਨੂੰ ਲੈ ਕੇ ਅਮਰੀਕਾ ਦੇ ਕਿਸਾਨ ਹਿਤੈਸ਼ੀ ਅਤੇ ਵੱਖ ਵੱਖ ਸਿੱਖ ਸੰਸਥਾਵਾਂ ਵੱਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਭੇਜਣ ਲਈ ਇੱਕ ਵਿਸ਼ੇਸ਼ ਪਟੀਸ਼ਨ 'ਤੇ ਦਸਤਖਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਾਂਝੇ ਤੌਰ 'ਤੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਅਹੁਦੇਦਾਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖਿਲਾਫ਼ 25 ਸਤੰਬਰ ਸ਼ਨਿਚਰਵਾਰ ਸਵੇਰੇ UNO ਦਫ਼ਤਰ ਹੈੱਡਕੁਆਟਰ ਨਿਊਯਾਰਕ ਦੇ ਮੋਹਰੇ ਅਮਰੀਕਾ ਭਰ ਤੋਂ ਕਿਸਾਨ ਹਿਤੈਸ਼ੀ ਅਤੇ ਸਿੱਖ ਸੰਸਥਾਵਾਂ ਸਾਂਝੇ ਤੌਰ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ ਇਹਨਾਂ ਆਗੂਆਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਅਪੀਲ ਕੀਤੀ ਹੈ ਕਿ ਉਹ ਮੋਦੀ ਨਾਲ ਮੁਲਾਕਾਤ ਨਾ ਕਰਨ ਕਿਉਂਕਿ ਮੋਦੀ ਭਾਰਤ ਵਿੱਚ ਕਿਸਾਨਾਂ ਅਤੇ ਭਾਰਤੀ ਘੱਟ ਗਿਣਤੀਆਂ ਨੂੰ ਅਣਗੌਲਿਆਂ ਕਰ ਰਹੇ ਨੇ ਇਹਨਾਂ ਜਥੇਬੰਦੀਆਂ ਨੇ ਬਾਈਡਨ ਨੂੰ ਅਪੀਲ ਕੀਤੀ ਹੈ ਕਿ ਜੇ ਤੁਸੀਂ ਉਹਨਾਂ ਨਾਲ ਮੁਲਾਕਾਤ ਤੈਅ ਕੀਤੀ ਹੈ ਤਾਂ ਤੁਸੀਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਮੁੱਦਾ ਜ਼ਰੂਰ ਉਠਾਓ ਇਹਨਾਂ ਸੰਸਥਾਵਾਂ ਦੇ ਨੇਤਾਵਾਂ ਨੇ ਕਿਹਾ ਕਿ UNO ਹੈੱਡਕੁਆਟਰ ਦੇ ਮੋਹਰ ਅਤੇ ਵਾਈਟ ਹਾਊਸ ਦੇ ਮੋਹਰੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋਣਗੇ
ਰਾਸ਼ਟਰਪਤੀ ਜੋ ਬਾਈਡਨ ਨੇ ਜਿੱਥੇ ਜਲਵਾਯੂ ਤਬਦੀਲੀ ਦੇ ਖਤਰਿਆਂ ਨਾਲ ਨਜਿੱਠਣ ਲਈ ਆਪਣੀਆਂ ਘਰੇਲੂ ਖਰਚ ਯੋਜਨਾਵਾਂ ਨੂੰ ਅਹਿਮ ਦੱਸਿਆ, ਉੱਥੇ ਇਹ ਵੀ ਕਿਹਾ ਕਿ ਉਹਨਾਂ ਦੀ ਸਾਫ਼ ਊਰਜਾ ਸੰਬੰਧੀ ਤਜਵੀਜ਼ਾਂ ਨਾਲ ਚੰਗੀਆਂ ਤਨਖਾਹਾਂ ਵਾਲੇ ਰੁਜ਼ਗਾਰ ਮੌਕੇ ਵੀ ਪੈਦਾ ਹੋਣਗੇ। ਜਿੱਥੇ ਕੌਮੀ ਨਵਿਆਉਣਯੋਗ ਊਰਜਾ ਲੈਬੋਰਟਰੀ ਦੇ ਫੈਲਟ੍ਰੀਨੋਸ ਕੈਂਪ ਦੇ ਦੌਰੇ ਨਾਲ ਹੀ ਰਾਸ਼ਟਰਪਤੀ ਬਾਈਡਨ ਦਾ ਪੱਛਮੀ ਹਿੱਸੇ ਦਾ 2 ਦਿਨਾਂ ਦੌਰਾ ਸਮਾਪਤ ਹੋ ਗਿਆ, ਉੱਥੇ ਇਸ ਦੌਰਾਨ ਰਾਸ਼ਟਰਪਤੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਆਪਣੀਆਂ ਯੋਜਨਾਵਾਂ ਦੀ ਅਹਿਮੀਅਤ ਦੱਸਣ ਦਾ ਮੌਕਾ ਵੀ ਮਿਲਿਆ। ਸ਼੍ਰੀ ਬਾਈਡਨ ਨੇ ਕਿਹਾ, ਚੰਗੀ ਖ਼ਬਰ ਇਹ ਹੈ ਕਿ ਮਨੁੱਖ ਨੂੰ ਮਨੁੱਖ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਮੌਕਾ ਮਿਲ ਰਿਹਾ। ਉਹਨਾਂ ਸਾਫ਼ ਊਰਜਾ ਭਵਿੱਖ ਨੂੰ ਆਰਥਿਕ ਲੋੜ ਅਤੇ ਇੱਕ ਕੌਮੀ ਸੁਰੱਖਿਆ ਜ਼ਰੂਰਤ ਦੱਸਿਆ ਅਤੇ ਕਿਹਾ ਕਿ ਮੌਜੂਦਾ ਸਮੇਂ ਬਰਬਾਦ ਕਰਨ ਲਈ ਥੋੜ੍ਹਾ ਜਿਹਾ ਸਮਾਂ ਵੀ ਨਹੀਂ ਹੈ, ਕਿਉਂਕਿ ਇਸ ਸਾਲ ਦੇ ਨਾਲ ਜਲਵਾਯੂ ਦਾ ਪ੍ਰਭਾਵ ਵੀ ਵੱਧਦਾ ਦਿਖਾਈ ਦੇ ਰਿਹਾ। ਉਹਨਾਂ ਨੇ ਕਿਹਾ ਕਿ ਇਸ ਵਰ੍ਹੇ ਮੌਸਮ ਸੰਬੰਧੀ ਤਬਦੀਲੀਆਂ ਨਾਲ ਨਜਿੱਠਣ ਲਈ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਖਰਚਾ ਆਏਗਾ। ਉਹਨਾਂ ਸਾਲ 2050 ਤੱਕ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਪੂਰੀ ਤਰ੍ਹਾਂ ਖਤਮ ਕਰਨ ਦੇ ਟੀਚੇ ਬਾਰੇ ਦੱਸਿਆ। ਉਹਨਾਂ ਨੇ ਕਿਹਾ, ਅਸੀਂ ਅਜਿਹਾ ਕਰ ਸਕਦੇ ਹਾਂ, ਅਸੀਂ ਇਹ ਸਭ ਇੱਕ ਅਜਿਹੇ ਢੰਗ ਨਾਲ ਕਰ ਸਕਦੇ ਹਾਂ ਕਿ ਜਿਸ ਨਾਲ ਚੰਗੇ ਰੁਜ਼ਗਾਰ ਪੈਦਾ ਹੋਣ, ਉਪਭੋਗਤਾਵਾਂ ਅਤੇ ਕਾਰੋਬਾਰਾਂ ਨੂੰ ਘੱਟ ਕੀਮਤਾਂ ਦਾ ਭੁਗਤਾਨ ਕਰਨਾ ਪਵੇ ਜੋ ਸਾਨੂੰ ਆਲਮੀ ਪੱਧਰ 'ਤੇ ਆਗੂ ਬਣਾਵੇ। ਰਾਸ਼ਟਰਪਤੀ ਨੇ ਸੋਮਵਾਰ ਨੂੰ ਕੈਲੀਫੋਰਨੀਆ ਦੇ ਬੋਈਸ ਇਡਾਹੋ ਅਤੇ ਸਿਕਰਮੈਂਟੋ ਦਾ ਦੌਰਾ ਕਰਦਿਆਂ ਜੰਗਲ ਦੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਸੀ। ਉਹਨਾਂ ਆਪਣੇ ਇਸ ਦੌਰੇ ਵਿੱਚ 1200 ਅਰਬ ਡਾਲਰ ਦੇ 2-ਪੱਖੀ ਬੁਨਿਆਦੀ ਢਾਂਚੇ ਸੰਬੰਧੀ ਬਿੱਲ ਅਤੇ 3.5 ਅਰਬ ਅਮਰੀਕੀ ਡਾਲਰ ਦੇ ਵਾਧੂ ਪੈਕੇਜ ਨੂੰ ਸਹੀ ਦਰਸਾਉਣ ਲਈ ਜੰਗਲ ਦੀ ਅੱਗ ਦਾ ਵੀ ਜ਼ਿਕਰ ਕੀਤਾ ਸੀ। ਉਹਨਾਂ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਪ੍ਰਾਂਤ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਸਰਕਾਰ ਹੈ ਜਾਂ ਰਿਪਬਲਿਕਨ ਦੀ। ਸਾਡੇ ਸਾਹਮਣੇ ਸੰਕਟ ਹੈ, ਪਰ ਸਾਡੇ ਸਾਹਮਣੇ ਅਹਿਮ ਮੌਕਾ ਵੀ ਹੈ। ਅਮਰੀਕੀ ਖੁਫੀਆ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਅਲਕਾਇਦਾ ਅਮਰੀਕਾ ਉੱਤੇ ਫਿਰ ਹਮਲੇ ਦੀ ਯੋਜਨਾ ਬਣਾ ਰਿਹਾ ਅਤੇ ਉਸਨੂੰ ਆਪਣੀ ਯੋਜਨਾ ਪੂਰੀ ਕਰਨ ਵਿੱਚ 1 ਜਾਂ 2 ਸਾਲ ਲੱਗਣਗੇ। ਇਹ ਰਿਪੋਰਟ 2 ਉੱਚ ਅਮਰੀਕੀ ਖੁਫੀਆ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੁਲ ਉੱਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਲਕਾਇਦਾ ਦੀਆਂ ਗਤੀਵਿਧੀਆਂ ਵੱਧ ਗਈਆਂ ਨੇ। ਜੇਕਰ ਇਹ ਕਿਸੇ ਤਰ੍ਹਾਂ ਦਾ ਸੰਕੇਤ ਹੈ ਤਾਂ ਅੱਤਵਾਦੀ ਸਮੂਹ 1 ਜਾਂ 2 ਸਾਲਾਂ ਵਿੱਚ ਫਿਰ ਤੋਂ ਮਜ਼ਬੂਤ ਹੋ ਕੇ ਹਮਲਾ ਕਰਨ ਵਿੱਚ ਸਮਰੱਥ ਹੋ ਸਕਦੇ ਨੇ। ਦੱਸ ਦਈਏ ਕਿ ਅਲਕਾਇਦਾ ਨੇਤਾ ਆਈਮਾਨ ਅਤੇ ਜਵਾਰੀ, ਜਿਸ ਦੀ ਮੌਤ ਹੋਣ ਦੀ ਅਫਵਾਹ ਸੀ, ਨੂੰ ਅਲਕਾਇਦਾ ਦੁਆਰਾ ਕੀਤੇ ਗਏ 9/11 ਦੇ ਹਮਲੇ ਦੀ 20-20 ਵਰ੍ਹੇਗੰਢ 'ਤੇ ਵੀਡੀਓ ਵਿੱਚ ਵੇਖਿਆ ਗਿਆ। ਅਮੈਰੀਕਾ, ਆਸਟ੍ਰੇਲੀਆ ਅਤੇ ਯੂਨਾਈਟਿਡ ਕਿੰਗਡਮ ਨੇ ਮਿਲ ਕੇ ਇੱਕ ਨਵਾਂ ਰੱਖਿਆ ਸਮੂਹ ਬਣਾਇਆ ਹੈ ਜੋ ਖਾਸ ਤੌਰ 'ਤੇ ਹਿੰਦ ਪ੍ਰਸ਼ਾਂਤ ਖੇਤਰ 'ਤੇ ਕੇਂਦਰਿਤ ਹੋਵੇਗਾ। ਇਸ ਸਮੂਹ ਦੇ ਸਮਝੌਤੇ ਦੇ ਤਹਿਤ ਅਮੈਰੀਕਾ ਅਤੇ ਬਰਤਾਨੀਆ ਆਪਣੀ ਪਰਮਾਣੂ ਸ਼ਕਤੀ ਸੰਪੰਨ ਪਣਡੁੱਬੀਆਂ ਦੀ ਤਕਨੀਕ ਆਸਟ੍ਰੇਲੀਆ ਨਾਲ ਸਾਂਝੀ ਕਰਨਗੇ। ਅਮੈਰੀਕਾ, ਆਸਟ੍ਰੇਲੀਆ ਅਤੇ ਯੂਕੇ ਨੇ ਇੱਕ ਨਵੀਂ ਸੰਧੀ ਕੀਤੀ ਹੈ ਜਿਸ ਦੇ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਬਣਾਉਣ ਦੀ ਤਕਨੀਕ ਮਿਲੇਗੀ। ਇਸ ਸੰਧੀ ਤਹਿਤ ਆਸਟ੍ਰੇਲੀਆ ਨੇ 90 ਬਿਲੀਅਨ ਡਾਲਰ ਦਾ ਫਰਾਂਸ ਨਾਲ ਸਮਝੌਤਾ ਰੱਦ ਕਰਕੇ ਪਰਮਾਣੂ ਪਣਡੁੱਬੀ ਬਣਾਉਣ ਦਾ ਕੰਮ ਅਮੈਰੀਕਾ ਨੂੰ ਸੌਂਪ ਦਿੱਤਾ। ਇਸ ਕਾਰਨ ਫਰਾਂਸ ਵੀ ਕਾਫ਼ੀ ਨਾਰਾਜ਼ ਦਿਖਾਈ ਦੇ ਰਿਹਾ। ਉੱਧਰ ਚੀਨ ਨੇ ਆਪਣੇ ਗੁਆਂਢ ਵਿੱਚ ਹੋਏ ਇਸ ਸਮਝੌਤੇ ਨੂੰ ਸੀਤ ਯੁੱਧ ਵਾਲੀ ਸੋਚ ਦੱਸਿਆ। ਇਹਨਾਂ ਤਿੰਨਾਂ ਮੁਲਕਾਂ ਦੇ ਇਸ ਕਦਮ ਨਾਲ ਖੇਤਰ ਵਿੱਚ ਚੀਨ ਦੀ ਵੱਧਦੀ ਸਰਗਰਮੀ ਨੂੰ ਨੱਥ ਪੈ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਆਨਲਾਈਨ ਬੈਠਕ ਕੀਤੀ। ਬੈਠਕ ਮਗਰੋਂ ਤਿੰਨਾਂ ਨੇਤਾਵਾਂ ਨੇ ਨਵੇਂ ਗੱਠਜੋੜ ਦਾ ਐਲਾਨ ਕੀਤਾ ਇੱਕ ਵੀਡੀਓ ਰਾਹੀਂ। ਇਸ ਗੱਠਜੋੜ ਵਿੱਚ ਸ਼ਾਮਲ ਤਿੰਨੇ ਮੁਲਕ ਸਾਈਬਰ ਸੁਰੱਖਿਆ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਪਾਣੀ ਦੇ ਹੇਠ ਦੀ ਸਮਰੱਥਾ ਸਣੇ ਆਪਣੀਆਂ ਸਾਰੀਆਂ ਫੌਜਾਂ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਲਈ ਇੱਕ ਦੂਜੇ ਨਾਲ ਤਕਨੀਕ ਸਾਂਝੀ ਕਰਨਗੇ। ਇਹ ਗੱਠਜੋੜ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਚੀਨ ਅਤੇ ਅਮਰੀਕਾ ਅਤੇ ਆਸਟ੍ਰੇਲੀਆ ਦੋਵਾਂ ਹੀ ਦੇਸ਼ਾਂ ਨਾਲ ਸੰਬੰਧ ਲਗਾਤਾਰ ਖਰਾਬ ਹੋ ਰਹੇ ਨੇ। ਇਤਿਹਾਸਕ ਸਮਝੌਤਾ ਵੀਡੀਓ ਸੀਲੰਗ ਰਾਹੀਂ ਅਮਰੀਕੀ ਰਾਸ਼ਟਰਪਤੀ ਨੇ ਬੈਠਕ ਦੌਰਾਨ ਕਿਹਾ ਕਿ ਅੱਜ ਉਹਨਾਂ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਅਤੇ ਤਿੰਨਾਂ ਦੇਸ਼ਾਂ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਹੇ ਨੇ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਉਹ ਸਾਰੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਲੰਬੇ ਸਮੇਂ ਤੱਕ ਸ਼ਾਂਤੀ ਅਤੇ ਸਥਿਰਤਾ ਬਣਾਉਣ ਨੂੰ ਅਹਿਮੀਅਤ ਦਿੰਦੇ ਨੇ। ਇਹ ਤਿੰਨੇ ਦੇਸ਼ ਪਹਿਲਾਂ ਹੀ 5 ਆਈਜ਼ ਨਾਂ ਦੇ ਉਸ ਗੱਠਜੋੜ ਦਾ ਹਿੱਸਾ ਹਨ ਜਿਸ ਵਿੱਚ ਕੈਨੇਡਾ ਅਤੇ ਨਿਊਜ਼ੀਲੈਂਡ ਵਿੱਚ ਸ਼ਾਮਲ ਹਨ ਅਤੇ ਇੱਕ ਦੂਜੇ ਨਾਲ ਖੁਫੀਆ ਸੂਚਨਾਵਾਂ ਸਾਂਝੀਆਂ ਕਰਦੇ ਨੇ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਤਿੰਨੇ ਸਾਂਝੇਦਾਰ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਉਹ ਆਪਣੀ ਮਿੱਤਰਤਾ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕਰ ਰਹੇ ਨੇ ਅਤੇ ਪਹਿਲਾਂ ਕੰਮ ਆਸਟ੍ਰੇਲੀਆ ਨੂੰ ਪਰਮਾਣੂ ਸ਼ਕਤੀ ਸੰਪੰਨ ਪਣਡੁੱਬੀਆਂ ਉਪਲਬਧ ਕਰਾਉਣਾ ਹੈ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਸਟ੍ਰੇਲੀਆ ਨੂੰ ਉਪਲਬਧ ਕਰਵਾਏ ਜਾਣ ਵਾਲੀ ਪਣਡੁੱਬੀ ਵਿੱਚ ਪਰਮਾਣੂ ਰਿਐਕਟਰ ਹੋਣਗੇ, ਨਾ ਕਿ ਪਰਮਾਣੂ ਹਥਿਆਰ। ਬੀਤੇ ਦਿਨ ਖ਼ਬਰ ਸਾਹਮਣੇ ਆਈ ਸੀ ਕਿ ਯੂਕੇ ਪੁਲਿਸ ਵਿਭਾਗ ਵੱਲੋਂ ਇੱਕ ਗੁਰਦੁਆਰੇ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਨੋਟਿਸ ਜਾਰੀ ਕੀਤਾ ਗਿਆ।
ਇਹ ਪੱਤਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਚੁੱਕਾ ਹੈ। ਭਾਵੇਂ ਇਸ ਪੱਤਰ ਦੀ ਸੱਚਾਈ ਬਾਰੇ ਗੁਰਦੁਆਰਾ ਪ੍ਰਬੰਧਨ ਅਧਿਕਾਰੀਆਂ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਵਿੱਚ ਇਸ ਪੱਤਰ ਨੂੰ ਫਰਜ਼ੀ ਦੱਸਿਆ ਗਿਆ। ਹਾਲਾਂਕਿ ਗੁਰਦੁਆਰਾ ਪ੍ਰਬੰਧਕਾਂ ਨੇ ਅਧਿਕਾਰੀਆਂ ਵੱਲੋਂ ਕੋਈ ਪੱਤਰ ਮਿਲਣ ਤੋਂ ਇਨਕਾਰ ਕੀਤਾ। 14 ਸਤੰਬਰ ਨੂੰ ACRO ਕ੍ਰਿਮੀਨਲ ਰਿਕਾਰਡਸ ਦਫ਼ਤਰ UK ਦੇ ਲੈਟਰ ਹੈੱਡ ਤੇ ਗੁਰੂ ਨਾਨਕ ਗੁਰਦੁਆਰਾ ਵੈਡਨਸਫੀਲਡ ਬੋਲ ਬ੍ਰੈਂਪਟਨ UK ਦੇ ਟਰੱਸਟੀਆਂ ਨੂੰ ਕਥਿਤ ਤੌਰ ਤੇ ਲਿਖੇ ਗਏ ਇੱਕ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਤੁਹਾਡੀ ਸੰਸਥਾ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ 12 ਸਤੰਬਰ ਨੂੰ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਮੂਲੀਅਤ ਕੀਤੀ। ਉਹ ਭਾਰਤ ਤੋਂ UK ਵਿੱਚ ਪਹੁੰਚੇ ਸਨ। ਸਿੰਘ ਨੇ ਕੋਰੋਨਾ ਵਾਇਰਸ ਨਿਯਮਾਂ ਦੇ ਅਧੀਨ ਘੱਟੋ ਘੱਟ 10 ਦਿਨਾਂ ਲਈ ਸਵੈ ਅਲੱਗ ਥਲੱਗ ਰਹਿਣਾ ਸੀ। ਪੱਤਰ ਵਿੱਚ ਅੱਗੇ ਲਿਖਿਆ ਗਿਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਤੇ £10,000 ਤੱਕ ਦੇ ਜੁਰਮਾਨੇ ਦੀ ਸਜ਼ਾ ਹੋਵੇਗੀ। ਗੁਰੂ ਨਾਨਕ ਗੁਰਦੁਆਰਾ ਬੁਲਵਰਹੈਂਪਟਨ ਦੇ ਅਜਿਹੇ ਕਿਸੇ ਵੀ ਪੱਤਰ ਦੀ ਪ੍ਰਾਪਤੀ ਤੋਂ ਇਨਕਾਰ ਕਰਦਿਆਂ ਸਕੱਤਰ ਪਰਮਜੀਤ ਸਿੰਘ ਟਾਂਡੀ ਨੇ ਬੁੱਧਵਾਰ ਨੂੰ ਕਿਹਾ ਇਹ ਇੱਕ ਜਾਅਲੀ ਪੱਤਰ ਹੈ। ਉਹਨਾਂ ਨੇ ਕਿਹਾ ਪਹਿਲਾਂ ਵੀ ਇਹ ਖਬਰ ਫੈਲਾਈ ਗਈ ਸੀ ਕਿ ਗੁਰਦੁਆਰੇ ਦੇ ਅੰਦਰ ਹੌਲਦਾਰ ਈਸ਼ਰ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ। ਅਸਲ ਵਿੱਚ ਇਹ ਸਰਕਾਰੀ ਜ਼ਮੀਨ ਤੇ ਸਥਾਪਿਤ ਕੀਤਾ ਗਿਆ ਹੈ। ਗੌਰਤਲਬ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਕੁਝ ਦਿਨ ਪਹਿਲਾਂ ਗੁਰੂ ਨਾਨਕ ਗੁਰਦੁਆਰਾ ਬੁਲਵਰਹੈਂਪਟਨ ਦੇ ਨੇੜੇ ਸਾਰਾਗੜੀ ਦੇ ਨਾਇਕ ਹੌਲਦਾਰ ਈਸ਼ਰ ਸਿੰਘ ਦੇ ਬੁੱਤ ਦਾ ਉਦਘਾਟਨ ਕੀਤਾ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਐਲਾਨ ਕੀਤਾ ਕਿ ਸਹਾਰਾ ਖੇਤਰ ਵਿੱਚ ਇਸਲਾਮਿਕ ਸਟੇਟ ਦਾ ਮੁਖੀ ਅਬੂ ਵਾਲਿਦ ਅਲ ਸਹਰਾਵੀ ਬੁੱਧਵਾਰ ਦੇਰ ਰਾਤ ਮਾਰਿਆ ਗਿਆ। ਰਾਸ਼ਟਰਪਤੀ ਨੇ ਇਸ ਨੂੰ ਫਰਾਂਸ ਦੀ ਸੈਨਾ ਦੀ ਇੱਕ ਵੱਡੀ ਉਪਲਬਧੀ ਕਰਾਰ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਸਹਰਾਵੀ ਨੂੰ ਫਰਾਂਸ ਦੇ ਬਲਾਂ ਨੇ ਢੇਰ ਕੀਤਾ ਹੈ, ਪਰ ਇਸ ਸੰਬੰਧ ਵਿੱਚ ਉਹਨਾਂ ਨੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਕੱਟੜ ਅੱਤਵਾਦੀ ਦੀ ਮੌਤ ਦੀਆਂ ਖਬਰਾਂ ਮਾਲੇ ਵਿੱਚ ਕਰੀਬ ਇੱਕ ਹਫ਼ਤੇ ਤੋਂ ਫੈਲ ਰਹੀਆਂ ਹਨ। ਭਾਵੇਂ ਕਿ ਇਸ ਖੇਤਰ ਦੇ ਅਧਿਕਾਰੀਆਂ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਹ ਹਾਲੇ ਸਪਸ਼ਟ ਨਹੀਂ ਹੈ ਕਿ ਅਲ ਸਹਾਰਵੀ ਕਿੱਥੇ ਮਾਰਿਆ ਗਿਆ। ਇਸਲਾਮਿਕ ਸਟੇਟ ਸਮੂਹ ਨੂੰ ਮਾਲੀ ਅਤੇ ਨਾਇਜ਼ਰ ਵਿਚਾਰਕ ਸਰਹੱਦ ਤੇ ਦਰਜਨਾਂ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ। ਹਾਲੇ ਇਹ ਸਪਸ਼ਟ ਨਹੀਂ ਹੈ ਕਿ ਲਾਸ਼ ਦੀ ਸ਼ਨਾਖਤ ਕਿਵੇਂ ਕੀਤੀ ਗਈ। ਫਰਾਂਸ ਦੀ ਸੈਨਾ ਸਾਹੇਲ ਖੇਤਰ ਵਿੱਚ ਇਸਲਾਮੀ ਕੱਟੜਪੰਥੀਆਂ ਨਾਲ ਲੰਬੇ ਸਮੇਂ ਤੋਂ ਲੜ ਰਹੀ ਹੈ। ਕੈਨੇਡਾ ਦੀਆਂ 20 ਸਤੰਬਰ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਮਿਸ਼ਨ ਮਾਸਕੀ ਫਰੇਜ਼ਰ ਕੈਨਨ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਅਤੇ ਐਪਟਫੋਰਡ ਦੀ ਨਗਰ ਪਾਲਿਕਾ ਦੇ ਕੌਂਸਲਰ ਵਾਸਤੇ 25 ਸਤੰਬਰ ਨੂੰ ਹੋ ਰਹੀ ਚੋਣ ਵਾਸਤੇ ਪੰਜਾਬੀ ਉਮੀਦਵਾਰ ਦੇਵ ਸਿੱਧੂ ਦੇ ਚੋਣ ਬੋਰਡਾਂ ਨੂੰ ਸ਼ਰਾਰਤੀ ਅੰਸਰਾਂ ਨੇ ਨੁਕਸਾਨ ਪਹੁੰਚਾਇਆ। ਦੋਵਾਂ ਉਮੀਦਵਾਰਾਂ ਦੇ ਕਈ ਚੋਣ ਬੋਰਡ ਤੋੜ ਕੇ ਸੜਕ ਤੇ ਖਿਲਾਰ ਦਿੱਤੇ ਗਏ। ਗੀਤ ਗਰੇਵਾਲ ਨੇ ਆਪਣੇ ਨਾਂ ਵਾਲੇ ਚੋਣ ਬੋਰਡ ਲਾਏ ਹੋਏ ਹਨ, ਜਦਕਿ ਦੇਵ ਸਿੱਧੂ ਨੇ ਆਪਣੀ ਤਸਵੀਰ ਵਾਲੇ ਚੋਣ ਬੋਰਡ ਲਾਏ ਹੋਏ ਹਨ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਝੂੜਪੁਰਾ ਨਾਲ ਸੰਬੰਧਿਤ ਤੇ ਲੰਡਨ ਯੂਨੀਵਰਸਿਟੀ ਤੋਂ ਵਕਾਲਤ ਪਾਸ ਗੀਤ ਗਰੇਵਾਲ ਪਹਿਲੀ ਵਾਰ ਸੰਸਦ ਮੈਂਬਰ ਬਣਨ ਲਈ ਆਪਣੀ ਕਿਸਮਤ ਅਜ਼ਮਾ ਰਹੀ ਹੈ, ਜਦਕਿ ਜ਼ਿਲ੍ਹਾ ਮੋਗਾ ਦੇ ਪਿੰਡ ਰੋਡੇ ਨਾਲ ਸੰਬੰਧਿਤ ਅਤੇ ਫਰੇਜ਼ਰ ਵੈਲੀ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਐਂਡੀ ਸਿੱਧੂ ਦਾ ਫਰਜ਼ੰਦ ਦੇਵ ਸਿੱਧੂ ਕੌਂਸਲਰ ਵਾਸਤੇ ਸਖ਼ਤ ਮਿਹਨਤ ਕਰ ਰਿਹਾ ਹੈ। ਕੈਨੇਡਾ ਦੇ ਅੰਟੋਰੀਓ ਸੂਬੇ ਵਿੱਚ 22 ਸਤੰਬਰ ਤੋਂ ਲਾਗੂ ਹੋ ਰਹੇ ਨਵੇਂ ਕੋਰੋਨਾ ਵੈਕਸੀਨ ਪਾਸਪੋਰਟ ਲਈ ਡਗ ਫੋਰਡ ਸਰਕਾਰ ਨੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ। ਇਹਨਾਂ ਦਿਸ਼ਾ ਨਿਰਦੇਸ਼ਾਂ ਤਹਿਤ ਰੈਸਟੋਰੈਂਟ, ਬਾਰ, ਹੋਰਸ ਰੇਸਿੰਗ ਟਰੈਕ, ਕਾਰ ਰੇਸਿੰਗ ਟਰੈਕ, ਸਟੂਡੀਓ, ਵਾਟਰ ਪਾਰਕ ਆਦਿ ਥਾਵਾਂ ਤੇ ਹੋਣ ਵਾਲੇ ਇਨਡੋਰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਮੁਕੰਮਲ ਟੀਕਾਕਰਨ ਜਾਂ ਮਾਨਤਾ ਪ੍ਰਾਪਤ ਛੋਟ ਦਾ ਸਬੂਤ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਖੇਡ ਸਮਾਗਮਾਂ, ਕੈਸੀਨੋ ਐਂਡ ਬਿੰਗੋ ਹਾਲਸ, ਜਿਮ ਵਰਗੀਆਂ ਸਪੋਰਟਸ ਐਕਟੀਵਿਟੀਜ਼, ਬਾਥ ਹਾਊਸ ਕਲੱਬ, ਸਟ੍ਰਿਪਸ ਕਲੱਬ ਅਤੇ ਬੈਂਕਟ ਹਾਲ ਵਿੱਚ ਹੋਣ ਵਾਲੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਵੀ ਇਹ ਨਿਯਮ ਲਾਗੂ ਹੋਣਗੇ। ਨਾਈਟ ਅਤੇ ਡਾਂਸ ਕਲੱਬਾਂ 'ਚ ਹੋਣ ਵਾਲੇ ਇਨਡੋਰ ਅਤੇ ਆਊਟਡੋਰ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਵੀ ਕੋਰੋਨਾ ਵੈਕਸੀਨ ਲੱਗੀ ਹੋਣ ਦਾ ਸਬੂਤ ਪੇਸ਼ ਕਰਨਾ ਹੋਏਗਾ। 22 ਸਤੰਬਰ ਤੋਂ ਗਾਹਕਾਂ ਨੂੰ ਨਿਰਧਾਰਤ ਸਹੂਲਤਾਂ ਹਾਸਲ ਕਰਨ ਲਈ ਕੋਰੋਨਾ ਟੀਕਾਕਰਨ ਦੀ ਰਸੀਦ ਅਤੇ ਫੋਟੋ ID ਦਿਖਾਉਣੀ ਹੋਵੇਗੀ। ਸੰਬੰਧੀ ਇਨਡੋਰ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੈਕਸੀਨ ਪਾਸਪੋਰਟ ਤੋਂ 12 ਅਕਤੂਬਰ ਤੱਕ ਸਪੈਸ਼ਲ ਛੋਟ ਦਿੱਤੀ ਜਾਏਗੀ, ਬਸ਼ਰਤੇ ਉਹਨਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਵਾਉਣਾ ਹੋਏਗਾ। ਪਰ 12 ਅਕਤੂਬਰ ਤੋਂ ਬਾਅਦ ਵਿਆਹ ਤੇ ਸ਼ੋਕ ਸੰਬੰਧੀ ਇਨਡੋਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵੈਕਸੀਨ ਪਾਸਪੋਰਟ ਜ਼ਰੂਰ ਦਿਖਾਉਣਾ ਪਏਗਾ। ਇਹਨਾਂ ਤੋਂ ਇਲਾਵਾ ਵਾਸ਼ਰੂਮ ਜਾਣ, ਰੈਸਟੋਰੈਂਟ, ਟੇਕਆਊਟ ਵਰਗੇ ਆਰਡਰ ਲਈ ਭੁਗਤਾਨ ਕਰਨ ਜਾਂ ਬਾਹਰ ਪਾਸੋਂ ਜਿਹੀਆਂ ਬਾਹਰੀ ਥਾਵਾਂ ਤੇ ਜਾਣ ਲਈ ਵੈਕਸੀਨ ਪਾਸਪੋਰਟ ਦੀ ਲੋੜ ਨਹੀਂ ਪਏਗੀ। ਆਰਡਰ ਲੈਣ ਵਾਲੇ ਲੋਕਾਂ ਲਈ ਵੀ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ ਲਾਜ਼ਮੀ ਨਹੀਂ ਹੋਵੇਗਾ। ਇੱਕ ਸੰਗਠਿਤ ਖੇਡ ਵਿੱਚ ਹਿੱਸਾ ਲੈਣ ਦੇ ਉਦੇਸ਼ ਨਾਲ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਲਈ ਵਰਤੀਆਂ ਜਾਣ ਵਾਲੀਆਂ ਅੰਦਰੂਨੀ ਥਾਵਾਂ ਤੇ ਜਾਣ ਲਈ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਵੈਕਸੀਨ ਪਾਸਪੋਰਟ ਦੀ ਲੋੜ ਨਹੀਂ ਪਏਗੀ। ਨਵਾਂ ਵੈਕਸੀਨ ਪਾਸਪੋਰਟ ਪ੍ਰਾਚੂਨ ਖਰੀਦਦਾਰੀ ਜਾਂ ਸਿਹਤ ਤੇ ਸੁਰੱਖਿਆ ਦੇ ਉਦੇਸ਼ਾਂ ਲਈ ਜ਼ਰੂਰੀ ਕਿਸੇ ਵੀ ਚੀਜ਼ 'ਤੇ ਲਾਗੂ ਨਹੀਂ ਹੁੰਦਾ।
ਚੀਨ ਦੇ ਦੱਖਣ ਪੱਛਮੀ ਸਿਚੁਆਨ ਸੂਬੇ ਵਿੱਚ ਵੀਰਵਾਰ ਨੂੰ 6.0 ਤੀਬਰਤਾ ਦਾ ਭੂਚਾਲ ਆਇਆ ਜਿਸ ਵਿੱਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 4:33 ਤੇ ਲਕਸਿਆਨ ਕਾਉਂਟੀ ਵਿੱਚ ਆਇਆ ਅਤੇ ਉਸਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਭੂਚਾਲ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 60 ਹੋਰ ਜ਼ਖਮੀ ਹੋ ਗਏ। ਚੀਨ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ 29.2 ਡਿਗਰੀ ਉੱਤਰ ਵਿੱਚ ਅਤੇ 105.34 ਡਿਗਰੀ ਪੂਰਬ ਵਿੱਚ ਰਿਹਾ। ਭੂਚਾਲ ਦੇ ਬਾਅਦ ਲੁਜਾਓ ਸ਼ਹਿਰ ਵਿੱਚ ਕਰੀਬ 3000 ਲੋਕਾਂ ਨੂੰ ਬਚਾਅ ਕੋਸ਼ਿਸ਼ਾਂ ਵਿੱਚ ਲਗਾਇਆ ਗਿਆ। ਕਾਉਂਟੀ ਦੇ ਪੁਜੀ ਸ਼ਹਿਰ ਦੇ ਇੱਕ ਪਿੰਡ ਵਿੱਚ ਨਿਵਾਸੀਆਂ ਲਈ ਅਸਥਾਈ ਕੈਂਪ ਬਣਾਏ ਗਏ ਨੇ। ਸਿਚੁਆਨ ਸੂਬੇ ਵਿੱਚ 2008 ਵਿੱਚ 8 ਤੀਬਰਤਾ ਦੇ ਭੂਚਾਲ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਅਮਰੀਕਾ 'ਚ ਕੋਰੋਨਾ ਵਾਇਰਸ ਮਹਾਂਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਅਮਰੀਕਾ ਵਿੱਚ ਵੱਡੀ ਪੱਧਰ 'ਤੇ ਹੋਈਆਂ ਕੋਵਿਡ-19 ਮੌਤਾਂ ਦੀ ਗਿਣਤੀ ਹੁਣ 1918 ਵੇਲੇ ਦੀ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਨੇੜੇ ਹੈ ਅਤੇ ਇਹ ਗਿਣਤੀ ਤਕਰੀਬਨ 2 ਹਫ਼ਤਿਆਂ ਦੇ ਸਮੇਂ 'ਚ ਵਧਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ 1918 ਦੀ H1N1 ਫਲੂ ਮਹਾਂਮਾਰੀ 'ਚ ਲਗਭਗ 6,75,000 ਅਮਰੀਕੀਆਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ, ਜਦਕਿ ਹੁਣ ਤੱਕ ਜੌਨਸ ਹੌਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਦੇ ਅਨੁਸਾਰ ਲਗਭਗ 6,62,000 ਅਮਰੀਕੀ ਲੋਕਾਂ ਦੀ ਕੋਵਿਡ-19 ਕਾਰਨ ਮੌਤ ਹੋਈ ਹੈ। ਇਸ ਤਰ੍ਹਾਂ ਕੋਰੋਨਾ ਮੌਤਾਂ ਉਸ ਵੇਲੇ ਦੀ ਮਹਾਂਮਾਰੀ ਨਾਲੋਂ ਤਕਰੀਬਨ 13,000 ਮੌਤਾਂ ਦੀ ਗਿਣਤੀ ਨਾਲ ਪਿੱਛੇ ਹੈ। ਹਾਲਾਂਕਿ US ਦੀ ਆਬਾਦੀ ਹੁਣ 1918 ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਅਮਰੀਕੀ ਸਿਹਤ ਮਾਹਰਾਂ ਦੇ ਅਨੁਸਾਰ ਮਹਾਂਮਾਰੀ ਦੇ 18 ਮਹੀਨਿਆਂ 'ਚ 1,000 ਤੋਂ ਵੱਧ ਅਮਰੀਕੀ ਅਜੇ ਵੀ ਵਾਇਰਸ ਨਾਲ ਹਰ ਦਿਨ ਮਰ ਰਹੇ ਨੇ। ਕੋਰੋਨਾ ਮੌਤਾਂ ਦੀ ਵੱਧ ਰਹੀ ਗਿਣਤੀ ਨਾਲ ਇਹਨਾਂ ਦੀ ਜਲਦੀ ਹੀ 100 ਸਾਲ ਪਹਿਲਾਂ ਦੀ ਮਹਾਂਮਾਰੀ ਕਾਰਨ ਹੋਈਆਂ ਮੌਤਾਂ ਨਾਲੋਂ ਵਧਣ ਦੀ ਸੰਭਾਵਨਾ ਹੈ। ਅਮਰੀਕਾ ਦੀ ਸਟੇਟ ਮਸੂਰੀ ਵਿੱਚ 1,000 ਸਾਲ ਦੇ ਕਰੀਬ ਪੁਰਾਣੀ ਗੁਫਾ ਜਿਸ ਵਿੱਚ ਮੂਲ ਅਮਰੀਕੀ ਚਿੱਤਰਾਂ ਦੀ ਕਲਾਕਾਰੀ ਸ਼ਾਮਲ ਹੈ ਨੂੰ ਨਿਲਾਮੀ ਵਿੱਚ ਵੇਚਿਆ ਗਿਆ। ਸੇਂਟ ਲੂਇਸ ਤੋਂ 60 ਮੀਲ ਪੱਛਮ 'ਚ ਵਾਰਨਹਿਟਨ ਸ਼ਹਿਰ ਦੇ ਨੇੜੇ 43 ਪਹਾੜੀ ਏਕੜ ਦੇ ਨਾਲ ਪਿਕਚਰ ਕੇਵ ਦੇ ਨਾਮ ਨਾਲ ਜਾਣੇ ਜਾਂਦੇ ਇਸ ਗੁਫਾ ਦੇ ਮਾਲਕਾਂ ਨੂੰ ਨਿਲਾਮੀ ਵਿੱਚ ਇੱਕ ਬੋਲੀਕਾਰ $2.2 ਮਿਲੀਅਨ ਦਾ ਭੁਗਤਾਨ ਕਰਨ ਲਈ ਸਹਿਮਤ ਹੋਇਆ। ਨਿਲਾਮੀ ਨੂੰ ਆਯੋਜਿਤ ਕਰਨ ਵਾਲੀ ਸੇਂਟ ਲੂਇਸ ਸਥਿਤ ਫਰਮ ਸੈਲਕਿਰਕ ਨਿਲਾਮੀ ਅਤੇ ਮੁਲਾਂਕਣ ਦੇ ਅਨੁਸਾਰ ਇਸ ਨਿਲਾਮੀ ਦੇ ਜੇਤੂ ਬੋਲੀਕਾਰ ਦਾ ਨਾਮ ਫਿਲਹਾਲ ਗੁਪਤ ਰੱਖਿਆ ਗਿਆ। ਨਿਲਾਮੀ ਵੈਬਸਾਈਟ ਦੇ ਅਨੁਸਾਰ ਇਹ ਗੁਫਾ ਪਵਿੱਤਰ ਰਸਮਾਂ ਅਤੇ ਮੁਰਦਿਆਂ ਦੇ ਦਫਨਾਉਣ ਦਾ ਸਥਾਨ ਸੀ ਅਤੇ ਇਸ ਵਿੱਚ 290 ਤੋਂ ਵੱਧ ਪੂਰਵ ਇਤਿਹਾਸਕ ਗਲੈਫਸ ਜਾਂ ਹਾਇਓਰੋਗਲਾਫਿਕ ਚਿੰਨ੍ਹ ਹਨ ਜੋ ਆਵਾਜ਼ਾਂ ਜਾਂ ਅਰਥਾਂ ਨੂੰ ਦਰਸਾਉਣ ਲਈ ਵਰਤੇ ਜਾਂਦੇ ਸਨ। ਇਸ ਗੁਫਾ ਵਿੱਚ ਲੋਕਾਂ, ਜਾਨਵਰਾਂ, ਪੰਛੀਆਂ ਅਤੇ ਮਿਥਿਹਾਸਕ ਜੀਵਾਂ ਦੇ ਚਰਿੱਤਰ ਨੇ ਅਤੇ ਇਸ ਕਲਾ ਨੂੰ ਬਣਾਉਣ ਲਈ ਵੱਖ ਵੱਖ ਸਾਧਨਾਂ ਦੀ ਵਰਤੋਂ ਕੀਤੀ ਗਈ ਸੀ। ਇਸ ਤੋਂ ਇਲਾਵਾ ਕਈ ਪੱਥਰਾਂ ਨੂੰ ਖੋਜ ਕੇ ਵੀ ਚਿੱਤਰਕਾਰੀ ਕੀਤੀ ਗਈ ਹੈ। ਕਈ ਸਾਲ ਪਹਿਲਾਂ ਟੈਕਸਾਸ A&M ਦੇ ਵਿਗਿਆਨੀਆਂ ਨੇ ਚਿੱਤਰਾਂ ਦੇ ਨਮੂਨਿਆਂ ਦੀ ਵਰਤੋਂ ਕਰਦਿਆਂ ਦੱਸਿਆ ਸੀ ਕਿ ਇਹ ਘੱਟੋ ਘੱਟ 1,000 ਸਾਲ ਪੁਰਾਣੀ ਹੈ। ਦੁਨੀਆ ਭਰ ਦੇ ਬੱਚਿਆਂ ਲਈ ਪਸੰਦੀਦਾ ਪ੍ਰੋਗਰਾਮ ਹਨ ਕਾਰਟੂਨਸ। ਅਮਰੀਕਾ ਵਿੱਚ ਟੈਲੀਵਿਜ਼ਨ ਉੱਤੇ ਬੱਚਿਆਂ ਲਈ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਹਰਮਨ ਪਿਆਰਾ ਕਾਰਟੂਨ ਲੜੀਵਾਰ ਆਰਥਰ ਹੈ। ਇਸ ਵਿੱਚ ਪਹਿਲੀ ਵਾਰ ਇੱਕ ਸਿੱਖ ਬੱਚਾ ਵਿਖਾਈ ਦਿੱਤਾ ਜੋ ਆਪਣੇ ਆਪ ਵਿੱਚ ਵੱਡੀ ਗੱਲ ਹੈ। ਦਰਅਸਲ ਅਜਿਹਾ ਅਮਰੀਕਨਾਂ ਨੂੰ ਸਿੱਖ ਧਰਮ ਤੇ ਪੰਜਾਬੀ ਸੱਭਿਆਚਾਰ ਬਾਰੇ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ। ਇਸ ਕਾਰਟੂਨ ਲੜੀਵਾਰ ਵਿੱਚ ਵਿਖਾਏ ਜਾਣ ਵਾਲੇ ਸਿੱਖ ਬੱਚੇ ਨੇ ਪਟਕਾ ਪਹਿਨਿਆ ਹੋਵੇਗਾ ਤੇ ਕੜਾ ਵੀ ਧਾਰਨ ਕੀਤਾ ਹੋਵੇਗਾ। ਦਰਅਸਲ ਅਮਰੀਕਾ ਸਮੇਤ ਬਹੁਤ ਸਾਰੇ ਪੱਛਮੀ ਦੇਸ਼ਾਂ 'ਚ ਬਹੁਤ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਦੋਂ ਸਿੱਖਾਂ ਨੂੰ ਉਹਨਾਂ ਦੇ 5 ਕਕਾਰਾਂ ਵਿੱਚੋਂ ਦਸਤਾਰ, ਕੇਸਧਾੜੀ, ਕਿਰਪਾਨ ਕਾਰਨ ਹਵਾਈ ਅੱਡਿਆਂ, ਬਾਰਡਰ ਨਾਕਿਆਂ, ਕਿਸੇ ਵਧੇਰੇ ਸੁਰੱਖਿਆ ਜਾਂਚ ਘੇਰੇ ਵਾਲੇ ਸਥਾਨਾਂ ਉੱਤੇ ਬਿਨਾਂ ਮਤਲਬ ਹੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਇਸਦਾ ਵੱਡਾ ਕਾਰਨ ਇਹ ਹੁੰਦਾ ਹੈ ਕਿ ਸੰਬੰਧਿਤ ਸੁਰੱਖਿਆ ਅਧਿਕਾਰੀਆਂ ਨੂੰ ਸਿੱਖ ਕੌਮ, ਧਰਮ ਅਤੇ ਸੱਭਿਆਚਾਰ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ। ਕਾਰਟੂਨ ਵਿੱਚ ਸਿੱਖ ਕਰੈਕਟਰ ਵਿਖਾਉਣ ਨਾਲ ਇੱਕ ਅਜਿਹੀ ਪਿਰਤ ਸ਼ੁਰੂ ਹੋਵੇਗੀ ਕਿ ਜਿਸ ਨੂੰ ਪੱਛਮੀ ਦੇਸ਼ ਅੱਗੇ ਤੋਰਨਾ ਚਾਹੁਣਗੇ। ਇਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਖੂਬ ਪ੍ਰਚਾਰ ਅਤੇ ਪ੍ਰਸਾਰ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਕਾਰਟੂਨ ਲੜੀਵਾਰ ਆਰਥਰ ਪਿਛਲੇ 25 ਸਾਲਾਂ ਤੋਂ ਭਾਵ 1996 ਤੋਂ ਸਫਲਤਾਪੂਰਵਕ ਚੱਲਦਾ ਆ ਰਿਹਾ। ਅਮਰੀਕਾ ਵਿੱਚ 5 ਲੱਖ ਤੋਂ ਵੱਧ ਸਿੱਖ ਵਸਦੇ ਨੇ ਪਰ ਹਾਲੇ ਵੀ ਉਹਨਾਂ ਨੂੰ ਆਊਟਸਾਈਡਰ ਹੀ ਸਮਝਿਆ ਜਾਂਦਾ ਹੈ। 9/11 ਦੀਆਂ ਦੁਖਦਾਇਕ ਘਟਨਾ ਤੋਂ ਬਾਅਦ ਵੀ ਸਿੱਖਾਂ ਉੱਤੇ ਹਮਲੇ ਹੋਏ ਕਿਉਂਕਿ ਸਿੱਖਾਂ ਨੂੰ ਉਹਨਾਂ ਦੀ ਦਸਤਾਰ ਕਾਰਨ ਆਮ ਤੌਰ 'ਤੇ ਤਾਲਿਬਾਨ ਅੱਤਵਾਦੀ ਸਮਝਣ ਦਾ ਭੁਲੇਖਾ ਪੱਛਮੀ ਦੇਸ਼ਾਂ ਵਾਸੀਆਂ ਨੂੰ ਲੱਗਦਾ ਹੈ।
ਦਿੱਲੀ ਦੀ ਇੱਕ ਅਦਾਲਤ ਨੇ ਪਾਕਿਸਤਾਨ ISI ਦੇ ਤਾਲਮੇਲ ਤੇ ਸੰਗਠਿਤ ਅੱਤਵਾਦੀ ਮਡਿਊਲ ਨਾਲ ਜੁੜੇ ਗ੍ਰਿਫਤਾਰ ਕੀਤੇ ਗਏ ਦੋ ਅੱਤਵਾਦੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ, ਜਿਨ੍ਹਾਂ ਦਾ ਸੰਬੰਧ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਭਰਾ ਅਨੀਸ ਇਬਰਾਹਿਮ ਨਾਲ ਜੁੜਦਾ ਦੱਸਿਆ ਜਾ ਰਿਹਾ ਹੈ। ਦਿੱਲੀ ਪੁਲਿਸ ਵੱਲੋਂ ਜਿਸ਼ਾਨ ਕਮਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੇ ਮੁਹੰਮਦ ਅਮਰ ਜਾਵੇਦ ਨੂੰ ਲਖਨਊ ਤੋਂ ਗ੍ਰਿਫਤਾਰ ਕਰਨ ਉਪਰੰਤ ਨਵੀਂ ਦਿੱਲੀ ਸਥਿਤ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਅਨੁਸਾਰ ਉਕਤ ਅੱਤਵਾਦੀ ਪਾਕਿਸਤਾਨ ਦੀ ਬਦਨਾਮ ਖੁਫੀਆ ਏਜੰਸੀ ISI ਤੋਂ ਸਿਖਲਾਈ ਪ੍ਰਾਪਤ ਹਨ ਤੇ ਏਜੰਸੀ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਤੇ ਇਹਨਾਂ ਨੂੰ ਦਿੱਲੀ ਤੇ ਯੂਪੀ ਦੇ ਵੱਖ ਵੱਖ ਇਲਾਕਿਆਂ 'ਚ ID ਧਮਾਕਿਆਂ ਲਈ ਰੇਕੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ ਨੇ ਲਗਾਤਾਰ ਮਿਜ਼ਾਈਲਾਂ ਦਾ ਪ੍ਰੀਖਣ ਕਰਕੇ ਹਥਿਆਰਾਂ ਦੀ ਦੌੜ ਤੇਜ਼ ਕਰ ਦਿੱਤੀ ਹੈ। ਉੱਤਰੀ ਕੋਰੀਆ ਨੇ ਬੁੱਧਵਾਰ ਨੂੰ ਜਿੰਦੋ ਬਲੈਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉਹਨਾਂ ਨੇ ਪਹਿਲੀ ਵਾਰ ਟ੍ਰੇਨ ਨੂੰ ਲਾਂਚ ਪੈਡ ਬਣਾ ਕੇ ਮਿਜ਼ਾਈਲ ਦਾਗੀ ਹੈ, ਜਿਸ ਨਾਲ ਪੂਰੀ ਦੁਨੀਆ ਦੀ ਚਿੰਤਾ ਵੱਧ ਗਈ। ਉੱਤਰੀ ਕੋਰੀਆ ਨੇ ਕਿਹਾ ਕਿ ਉਸਦੇ ਦੇਸ਼ 'ਚ ਟ੍ਰੇਨਾਂ ਦਾ ਨੈੱਟਵਰਕ ਕਾਫ਼ੀ ਮਜ਼ਬੂਤ ਹੈ। ਇਹਨਾਂ ਮਿਜ਼ਾਈਲਾਂ ਦੇ ਦੇਸ਼ 'ਚ ਕਿਤੇ ਵੀ ਲੈ ਜਾਣ 'ਤੇ ਟ੍ਰੇਨ ਨਾਲ ਹੀ ਦਾਗਣ ਦੀ ਤਕਨੀਕ ਨਾਲ ਉਹਨਾਂ ਦੀ ਮਾਰੂ ਸਮਰੱਥਾ ਵਧੇਗੀ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਮੁਤਾਬਕ ਮਿਜ਼ਾਈਲਾਂ ਦਾ ਪ੍ਰੀਖਣ ਰੇਲਵੇ ਦੀ ਮਿਜ਼ਾਈਲ ਰੈਜੀਮੈਂਟ ਦੇ ਯੁੱਧ ਅਭਿਆਸ ਦੌਰਾਨ ਕੀਤਾ ਗਿਆ। ਹੁਣ ਇਹਨਾਂ ਮਿਜ਼ਾਈਲਾਂ ਨੂੰ ਆਸਾਨੀ ਨਾਲ ਮੱਧ ਖੇਤਰ ਦੀਆਂ ਪਹਾੜੀਆਂ ਤੱਕ ਲਿਜਾਇਆ ਜਾ ਸਕੇਗਾ। ਸਰਕਾਰੀ ਮੀਡੀਆ ਨੇ ਦੱਸਿਆ ਕਿ ਦੋਵੇਂ ਮਿਜ਼ਾਈਲਾਂ ਦਾ ਪ੍ਰੀਖਣ ਸੰਘਲੇ ਜੰਗਲਾਂ 'ਚ ਬਣੀ ਪਟੜੀ 'ਤੇ ਖੜ੍ਹੀ ਇੱਕ ਟ੍ਰੇਨ ਤੋਂ ਦਾਗਿਆ ਗਿਆ। ਮਿਜ਼ਾਈਲਾਂ ਦੇ ਦਾਗ 'ਤੇ ਹੀ ਨਾਰੰਗੀ ਦੀਆਂ ਲਪਟਾਂ ਨੂੰ ਦੇਖਿਆ ਗਿਆ। ਟ੍ਰੇਨ ਰਾਹੀਂ ਮਿਜ਼ਾਈਲ ਦਾਗਣ ਦੀ ਤਕਨੀਕ ਵਿਕਸਿਤ ਕਰਨ ਨਾਲ ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਮਿਜ਼ਾਈਲ ਤਕਨੀਕ 'ਚ ਅੱਗੇ ਵਧਣ ਲਈ ਨਵੇਂ ਪ੍ਰਯੋਗ ਕਰ ਰਿਹਾ। ਉੱਤਰੀ ਕੋਰੀਆ ਨੇ ਅਕਤੂਬਰ 2019 'ਚ ਮਿਜ਼ਾਈਲ ਪ੍ਰੀਖਣ ਕੀਤਾ ਸੀ। ਉਸ ਤੋਂ ਬਾਅਦ ਖੇਤਰ 'ਚ ਸ਼ਾਂਤੀ ਬਣੀ ਹੋਈ ਸੀ। ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਦੇ ਕੁਝ ਘੰਟਿਆਂ ਬਾਅਦ ਕੋਰੀਆ ਨੇ ਵੀ ਪਣਡੁੱਬੀ ਰਾਹੀਂ ਪਾਣੀ ਦੇ ਅੰਦਰ ਮਿਜ਼ਾਈਲ ਦਾ ਪ੍ਰੀਖਣ ਕੀਤਾ। ਇਹ ਸਨ ਹੁਣ ਤੱਕ ਦੀਆਂ ਖ਼ਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖ਼ਬਰਾਂ ਦੇ ਲਈ ਸਾਡਾ ਯੂਟਿਊਬ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ।